डी फोर जी देख रहे तमाम दोस्तों को दीपक भंडारी का नमस्कार अमृतसर की पुलिस की ओर से एक विशेष अभियान चलाया गया है इसमें थानों में जितने भी केस पेंडिंग पड़े हुए हैं जो लोग शिकायत कर रहे हैं उनका निपटारा करने के लिए कैंप लगाया जा रहा है आज हमारे साथ हैं अमृतसर के पुलिस कमिश्नर डॉक्टर सुखचैन सिंह गिल उनसे बात करते हैं सत श्रीकाल जी सत्या जी दीपक जी सर अब जो कैंप लगाए हैं सर ये बारे थोड़ा दसना तो ये क्यों लगाए गए थे क्या फ़ायदा क्या होगा ਇਦੇ ਵਿੱਚ ਅਸੀਂ ਹਰ ਮੰਡੇ ਤੇ ਮੰਡੇ ਆਪਣਾ ਇੱਕ ਵਾਰੀ ਜਿਹੜੀਆਂ ਕੰਪਲੇਂਟਸ ਦੀ ਪੈਂਡੈਂਸੀ ਉਹਨੂੰ ਰਿਵਿਊ ਕਰਦੇ ਆ। ਸੋ ਦੇਖਣ ਚ ਆਇਆ ਸੀਗਾ ਕਿ ਕਾਫੀ ਸਾਰੀਆਂ ਕੰਪਲੇਂਟਸ ਆ ਜਿਹੜੀਆਂ 6 ਮਹੀਨੇ ਤੋਂ ਉੱਪਰ ਦੀਆਂ ਪਈਆਂ ਹੋਈਆਂ। ਸੋ ਅੱਜ ਦਾ ਜਿਹੜਾ ਕੈਂਪ ਆ ਉਹ ਮੇਨ ਫੋਕਸ ਸਾਡਾ ਜਿਹੜਾ ਇਹਦੇ ਵਿੱਚ ਉਹਦੇ ਤੇ ਆ ਜਿਹੜੀਆਂ 6 ਮਹੀਨੇ ਤੋਂ ਉੱਪਰ ਕੰਪਲੇਂਟਸ ਆ। ਉਹ ਕਰੀਬ ਅਸੀਂ ਇਹਨਾਂ ਨੂੰ ਜਿਹੜਾ ਟਾਰਗੇਟ ਦਿੱਤਾ 1500 ਦੇ ਆਸ-ਪਾਸ ਜਿਹੜੀਆਂ ਕੰਪਲੇਂਟਸ ਆ ਉਹਨੂੰ ਡਿਸਪੋਜ਼ਲ ਦਾ ਟਾਰਗੇਟ ਦਿੱਤਾ। ਜਿਹਦੇ ਸਬੰਧ ਚ 15 ਜਗ੍ਹਾ ਦੇ ਉੱਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸਾਡੇ ਜ ਜਿਹਦੇ ਵਿੱਚ ACP ਲੈਵਲ ਦੇ ਅਫੀਸਰ ADCP ਲੈਵਲ ਦੇ ਅਫੀਸਰ ਔਰ ਕਨਸਰਨਡ SHO ਯੂਨਿਟ ਇੰਚਾਰਜ ਸਾਰੇ ਹੀ ਉੱਥੇ ਬੈਠੇ ਆ ਔਰ ਬੈਠ ਕੇ ਉਹ ਜਿਹੜਾ ਲੋਕਾਂ ਦੀਆਂ ਦਰਖਾਸਤਾਂ ਦਾ ਨਪਟਾਰਾ ਕਰ ਰਿਹਾ ਸੋ ਇਹ ਇੱਕ ਉਪਰਾਲਾ ਜਿਹਦੇ ਵਿੱਚ ਅੱਜ ਸ਼ਾਮ ਨੂੰ ਅਸੀਂ ਫਿਰ ਇਹਨੂੰ ਰਿਵਿਊ ਕਰਾਂਗੇ ਕਿ ਕਿੰਨੇ ਕੰਪਲੇਨੈਂਟਸ ਆਏ ਕਿੰਨੀਆਂ ਕੰਪਲੇਂਟਸ ਦਾ ਡਿਸਪੋਜ਼ਲ ਹੋਇਆ ਔਰ ਫਿਊਚਰ ਦੇ ਵਿੱਚ ਇਹਨੂੰ ਇੱਕ ਮੰਥਲੀ ਐਕਸਰਸਾਈਜ਼ ਦੇ ਤੌਰ ਤੇ ਚਲਾਇਆ ਜਾਊਗਾ ਹਰ ਮਹੀਨੇ ਇੱਕ ਦਿਨ ਫਿਕਸ ਕਰਕੇ ਪ੍ਰੈਫਰਬਲੀ ਸੈਟਰਡੇ ਕੋਈ ਵੀ ਸੈਕੰਡ ਜਾਂ ਫੋਰਥ ਸੈਟਰਡੇ ਫਿਕਸ ਕਰਕੇ ਔਰ ਜਿੰਨੀਆਂ ਵੀ ਕੰਪਲੇਂਟਸ ਪਬਲਿਕ ਦਿਆਂ ਹੁੰਦੀਆਂ ਕਿਉਂਕਿ ਕਈ ਕੰਪਲੇਂਟਸ ਹੁੰਦੀਆਂ ਜਿਨ੍ਹਾਂ ਦਾ ਤੁਰੰਤ ਮੌਕੇ ਤੇ ਨਪਟਾਰਾ ਕੀਤਾ ਜਾ ਸਕਦਾ ਹੁੰਦਾ ਹੈ ਜਿਦੇ ਵਿੱਚ ਬਹੁਤ ਲੰਬੀ ਚੌੜੀ ਕੋਈ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਸੋ ਉਹ ਕੰਪਲੇਂਟਸ ਪਲੱਸ ਜਿਹੜੀਆਂ ਕੰਪਲੇਂਟਸ ਬਹੁਤ ਦੇਰ ਤੋਂ ਪੈਂਡਿੰਗ ਨੇ ਕਈ ਵਾਰੀ ਦੋਨੇ ਤਰ੍ਹਾਂ ਜਿਹੜੀਆਂ ਨੇ ਉਹ ਇੱਕੋ ਜਗ੍ਹਾ ਤੇ ਜਦੋਂ ਇਕੱਠੇ ਹੁੰਦੇ ਉੱਥੇ ਬੈਠ ਕੇ ਵੀ ਨਪਟਾਰਾ ਹੋ ਜਾਂਦਾ ਹੈ ਸੋ ਇਹ ਕੋਸ਼ਿਸ਼ ਆ ਸਾਡੀ ਕਿ ਅੱਜ ਜਿਹੜਾ ਕੈਂਪ ਲਗਾਇਆ ਇਹਦੇ ਵਿੱਚ 6 ਮਹੀਨੇ ਤੋਂ ਉੱਤੇ ਦੀ ਕੋਈ ਵੀ ਕੰਪਲੇਂਟ ਇਸ ਤੋਂ ਬਾਅਦ ਪੈਂਡਿੰਗ ਔਰ ਉਸ ਤੋਂ ਬਾਅਦ ਜਿਹੜਾ ਨੈਕਸਟ ਮੰਥ ਤੋਂ ਕਰਾਂਗੇ ਉਹਦੇ ਵਿੱਚ ਅਸੀਂ ਜਿਹੜੀਆਂ ਫਰੈਸ਼ ਕੰਪਲੇਂਟਸ ਆ ਉਹਦੇ ਤੇ ਵੀ ਫੋਕਸ ਕਰਾਂਗੇ ਇਹ ਇਨ ਐਡੀਸ਼ਨ ਟੂ ਹੈਗਾ ਕਿ ਰੂਟੀਨ ਦੇ ਵਿੱਚ ਵੀ ਨਪਟਾਰੇ ਦੇ ਉੱਤੇ ਡਿਸਪੋਜ਼ਲ ਦੇ ਉੱਤੇ ਬਹੁਤ ਫੋਕਸ ਕੀਤਾ ਜਾ ਰਿਹਾ ਹੈ ਹਰ ਮੰਡੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਰਿਵਿਊ ਕਰਕੇ ਉਹਨਾਂ ਨੂੰ ਵੀ ਡਿਸਪੋਜ਼ ਆਫ ਕੀਤਾ ਜਾਂਦਾ ਪਰ ਇੱਕ ਕੈਂਪ ਜਿਹੜੇ ਨੇ ਸਪੈਸ਼ਲੀ ਇਹਦੇ ਆਸਤੇ ਆ ਕਿ ਉਹਨੂੰ ਲਾਰਜ ਸਕੇਲ ਦੇ ਉੱਤੇ ਜਿਹੜਾ ਡਿਸਪੋਜ਼ਲ ਹੋਇਆ ਉਹਦਾ ਅੱਛਾ ਸਰ ਇਹ ਕੋਈ ਨਵੀਂ ਸਰਕਾਰ ਵੱਲੋਂ ਗਾਈਡਲਾਈਨਸ ਨੇ ਜਾਂ ਸਰ ਆਪਣੇ ਲੈਵਲ ਤੇ ਇੱਕ ਇਨੀਸ਼ੀਏਟਿਵ ਲਿਆ ਗਿਆ ਕਿਉਂਕਿ ਕਾਫੀ ਧੀਰ ਤੋਂ ਜਿਵੇਂ ਤੁਸੀਂ ਦੱਸਿਆ ਵੀ 6-6 ਮਹੀਨੇ ਦੀਆਂ ਲੋਕ ਲੋਕਾਂ ਦੀਆਂ ਕੰਪਲੇਂਟਸ ਪੈਂਡਿੰਗ ਨੇ ਤੇ ਕੀ ਜਿਵੇਂ ਇਹ ਨਾਲ ਹੀ ਸਵਾਲ ਹੈ ਜੀ ਜਿਸ ਤਰ੍ਹਾਂ ਲੋਕ ਅਦਾਲਤ ਦੇ ਵਿੱਚ ਨਾ ਕੇਸਾਂ ਦਾ ਨਿਪਟਾਰਾ ਹੁੰਦਾ ਹੈ ਪੁਲਿਸ ਉਸ ਤਰ੍ਹਾਂ ਹੀ ਦੋਨਾਂ ਲੋਕਾਂ ਨੂੰ ਬਿਠਾ ਕੇ ਤੇ ਸਾਹਮਣੇ ਸਾਹਮਣੇ ਸੁਣ ਕੇ ਤੇ ਨਿਪਟਾਰਾ ਕਰੇਗੀ ਜੀ ਦੇਖੋ ਇੱਕ ਤਾਂ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਸੀ ਕਿ ਪਬਲਿਕ ਗ੍ਰੀਵੈਂਸਿਸ ਪ੍ਰਾਇੋਰਟੀ ਦੇ ਉੱ ਹਰ ਸਟੇਜ ਦੇ ਉੱਤੇ ਇਨਸਾਫ ਮਿਲਣਾ ਚਾਹੀਦਾ ਵਾ ਉਹ ਇਨਸਾਫ ਲੋਕਾਂ ਨੂੰ ਤਦ ਹੀ ਮਿਲੇਗਾ ਜੇ ਉਹਨਾਂ ਦੇ ਜਿਹੜੇ ਗ੍ਰੀਵੈਂਸਿਸ ਆ ਉਹਦਾ ਟਾਈਮਲੀ ਡਿਸਪੋਜ਼ਲ ਹੋਵੇ ਜੇ ਉਹਨਾਂ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਆ ਜੇ ਉਹਦੇ ਤੇ ਤੁਰੰਤ ਕਾਰਵਾਈ ਹੋਵੇ ਤਾਂ ਤਦ ਹੀ ਲੋਕਾਂ ਨੂੰ ਇਨਸਾਫ ਮਿਲੇਗਾ ਸੋ ਇਹ ਵਾਲਾ ਜਿਹੜਾ ਹੈ ਜਿਸ ਤਰ੍ਹਾਂ ਤੁਸੀਂ ਲੋਕ ਅਦਾਲਤ ਦੀ ਗੱਲ ਕੀਤੀ ਉਸੇ ਹੀ ਤਰੀਕੇ ਦੇ ਨਾਲ ਇਹਨੂੰ ਆਰਗੇਨਾਈਜ਼ ਕੀਤਾ ਗਿਆ ਹੈ ਤਾਂ ਜੋ ਮੌਕੇ ਦੇ ਉੱਤੇ ਹੀ ਡਿਸੀਜਨ ਲੈ ਕੇ ਮੌਕੇ ਤੇ ਨਿਪਟਾਰਾ ਹੋਵੇ ਔਰ ਇਹ ਫਿਊਚਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਰ ਮਹੀਨੇ ਕਮ ਸੇ ਕਮ ਇੱਕ ਇਸ ਤਰ੍ਹਾਂ ਦਾ ਕੈਂਪ ਜਿਹੜਾ ਹਰ ਮਹੀਨੇ ਆਰਗੇਨਾਈਜ਼ ਕੀਤਾ ਜਾਊਗਾ ਸਰ ਇਹ ਹਰ ਥਾਣੇ ਦੇ ਨਾਲ ਲਗਾਏ ਜਾਂ ਕਿਸ ਤਰ੍ਹਾਂ ਸਰ ਲਗਾਏ ਗਏ ਜੀ ਕੈਂਪ ਤੇ ਲੋਕ ਕਿਸ ਤਰ੍ਹਾਂ ਉਹਨਾਂ ਨੂੰ ਕਿਹਾ ਜਾ ਰਿਹਾ ਜੀ ਇੱਥੇ ਅਪਰੋਚ ਕਰਨ ਉਹਦੇ ਵਿੱਚ ਅਸੀਂ ਇੱਕ ਜਿੱਦਾਂ ਐਨਾਲਿਸਿਸ ਕੀਤਾ ਸੀਗਾ ਵੀ ਕਿੱਥੇ ਜ਼ਿਆਦਾ ਪੈਂਡੈਂਸੀ ਆ ਸੋ ਉਹ ਕਈ ਪੁਲਿਸ ਸਟੇਸ਼ਨ ਇਦਾਂ ਦੇ ਸਾਡੇ ਜਿੰਨਾ ਸਟੇਸ਼ਨਸ ਦੇ ਵਿੱਚ ਜ਼ਿਆਦਾ ਵਰਕ ਲੋਡ ਆ ਜ਼ਿਆਦਾ ਪੈਂਡੈਂਸੀ ਆ ਕਈ ਜਗ੍ਹਾ ਦੇ ਉੱਤੇ ਘਟਾ ਜਿੱਦਾਂ ਐਗਜ਼ਾਮਪਲ ਬੀ ਡਿਵੀਜ਼ਨ ਜਿਹੜਾ ਕਾਫੀ ਵੱਡਾ ਥਾਣਾ ਹੈ ਉੱਥੇ ਕਾਫੀ ਕੰਪਲੇਂਟਸ ਜਿਹੜੀਆਂ ਨੇ ਓਵਰ 6 ਮੰਥ ਹੈਗੀਆਂ ਕਈ ਛੋਟੇ ਥਾਣੇ ਜਿਸ ਤਰ੍ਹਾਂ ਵੱਲਾ ਹੈ ਜਾਂ 에어ਪੋਰਟ ਹੈ ਜਿੱਥੇ ਕੋਈ ਵੀ ਕੰਪਲੇਂਟ ਪੈਂਡਿੰਗ ਨਹੀਂ ਹੈਗੀ ਸੋ ਉਸੇ ਤਰੀਕੇ ਦੇ ਨਾਲ ਜਿੱਦਾਂ ਜਿੱਦਾਂ ਦੀ ਪੈਂਡੈਂਸੀ ਸੀਗੀ ਇਸੇ ਤਰ੍ਹਾਂ ADCP 2 ਆ ਉਹਨਾਂ ਕੋਲੇ ਜ਼ਿਆਦਾ ਪੈਂਡੈਂਸੀ ਆ 1 ਕੋਲੇ ਘੱਟ ਆ 3 ਕੋਲੇ ਉਸ ਤੋਂ ਘੱਟ ਆ ਸੋ ਅਸੀਂ ਉਸ ਤਰੀਕੇ ਦੇ ਨਾਲ ਇਹਨੂੰ ਆਰਗੇਨਾਈਜ਼ ਕੀਤਾ ਕਿ ਜਿੰਨੀਆਂ ਨੰਬਰ ਆਫ ਕੰਪਲੇਂਟਸ ਆ ਉਹਦੇ ਬੇਸਿਸ ਤੇ 15 ਜਗ੍ਹਾ ਦੇ ਉੱਤੇ ਅਸੀਂ ਉਹਨੂੰ ਆਰਗੇਨਾਈਜ਼ ਕੀਤਾ ਦੂਸਰੀ ਗੱਲ ਪਬਲਿਕ ਨੂੰ ਦੋਨਾਂ ਪਾਰਟੀਆਂ ਨੂੰ ਇਨਫੋਰਮ ਕੀਤਾ ਗਿਆ ਕਿ ਉਹ ਆ ਕੇ ਆਪਣਾ ਪੱਖ ਰੱਖਣ ਕਈ ਕਈ ਇਦਾਂ ਦੀਆਂ ਕੰਪਲੇਂਟਸ ਆ ਜਿਦੇ ਵਿੱਚ ਇੱਕ ਪੱਖ ਨੂੰ ਸੁਣ ਲਿਆ ਗਿਆ ਵਾ ਇੱਕ ਪੱਖ ਨੂੰ ਸੁਣਨ ਵਾਲਾ ਰਹਿੰਦਾ ਸੀਗਾ ਸੋ ਦੋਨਾਂ ਤਰੀਕਿਆਂ ਨੂੰ ਸੁਣ ਕੇ ਅੱਜ ਉਹਦਾ ਮੌਕੇ ਤੇ ਨਿਪਟਾਰਾ ਹੋਏਗਾ ਜਿਦੇ ਵਿੱਚ ਕੋਈ ਐਫਆਈਆਰ ਰਜਿਸਟਰ ਹੋਣ ਵਾਲੇ ਹੋਏਗੀ ਐਫਆਈਆਰ ਰਜਿਸਟਰ ਹੋਏਗੀ ਕਈ ਕੇਸਿਸ ਦੇ ਵਿੱਚ ਛੋਟੇ-ਛੋਟੇ ਗ੍ਰੀਵੈਂਸਿਸ ਹੁੰਦੇ ਆ ਜਿਹੜੇ ਬੈਠ ਕੇ ਰਿਜ਼ੋਲਵ ਹੋ ਜਾਂਦੇ ਆ ਸੋ ਜਿਸ ਤਰੀਕੇ ਦਾ ਵੀ ਐਸ ਪਰ ਲਾਅ ਉਹਦਾ ਨਿਪਟਾਰਾ ਬੰਦਾ ਹੋਏਗਾ ਉਹ ਕੀਤਾ ਜਾਏਗਾ ਅਚਾ ਇਹ ਦੇਖਣ ਚਾਹੀਏ ਜੀ ਪੁਲਿਸ ਕੋਲੋਂ ਦੇਖੋ ਲੋਕਾਂ ਨੂੰ ਬਹੁਤ ਉਮੀਦਾਂ ਨੇ ਹਮੇਸ਼ਾ ਸਭ ਪਹਿਲੇ ਸਭ ਤੋਂ ਪਹਿਲੇ ਪੁਲਿਸ ਕੋਲ ਜਾਂਦੇ ਨੇ ਸਰ ਬਹੁਤ ਸਾਰੇ ਲੋਕ ਤੁਹਾਨੂੰ ਵੀ ਅਪਰੋਚ ਕਰਦੇ ਆ ਕੋਈ ਫਿਊਚਰ ਚ ਇਸ ਤਰ੍ਹਾਂ ਦਾ ਕੋਈ ਪਲਾਨ ਬਣਾਇਆ ਜਾ ਗਿਆ ਆਪਣੇ ਆਫੀ ਇਹ ਨਹੀਂ ਵੀ ਤੁਹਾਨੂੰ ਅਪਰੋਚ ਨਾ ਕਰਨ ਵੀ ਤਾਂ ਕਿ ਲੋਕਾਂ ਦਾ ਨਿਪਟਾਰਾ ਥਾਣੇ ਲੈਵਲ ਤੇ ਹੋਏ ਉਹਨਾਂ ਦੀ ਮਤਲਬ ਜਸਟਿਸ ਜਿਹੜਾ ਇੱਕ ਉਹਦੇ ਨਾਲ ਇੱਕ ਸਰਕਾਰ ਦਾ ਵੀ ਅਕਸ ਜਿਹੜਾ ਚੰਗਾ ਬਣੇਗਾ ਦੇਖੋ ਇਹ ਹਮੇਸ਼ਾ ਹੀ ਮੇਰਾ ਪਰਸਨਲ ਤੌਰ ਤੇ ਤਾਂ ਹਮੇਸ਼ਾ ਹੀ ਰਿਹਾ ਕਿ ਅਡਰੈਸ ਜਿਹੜਾ ਗ੍ਰੀਵੈਂਸ ਇਸ ਦਾ ਸਭ ਤੋਂ ਪ੍ਰਾਇੋਰਟੀ ਉਹੀ ਰਹੀ ਹੈ ਔਰ ਫਿਊਚਰ ਚ ਵੀ ਇਹੀ ਰਹੇਗੀ ਔਰ ਦੇਖੋ ਅਪਰੋਚ ਕਿਸੇ ਨੂੰ ਕਿਉਂਕਿ ਹਰ ਬੰਦੇ ਨੂੰ ਆਪਣੀ ਆਪਣੀ ਇਹ ਮਾਈਂਡਸੈਟ ਹੁੰਦਾ ਹੈ ਕਈਆਂ ਨੂੰ ਕਿਸੇ ਲੈਵਲ ਤੇ ਜਾ ਕੇ ਸੈਟੀਸਫੈਕਸ਼ਨ ਹੁੰਦੀ ਕਈਆਂ ਨੂੰ ਕਿਸੇ ਲੈਵਲ ਤੇ ਹੁੰਦੀ ਆ ਬਟ ਇੱਕ ਚੀਜ਼ ਜਿਹੜੀ ਆ ਉਹਨੂੰ ਇਨਸ਼ੋਰ ਕੀਤਾ ਜਾਏਗਾ ਜਿਹੜੀ ਕਿ ਮੈਂ ਪਰਸਨਲ ਲੈਵਲ ਤੇ ਵੀ ਕਰਦਾ ਕਿ ਹਰ ਵੇਲੇ ਪਬਲਿਕ ਵਾਸਤੇ ਅਕ세ਸਿਬਲ ਰਹਿਣਾ ਪਹਿਲੀ ਗੱਲ ਤਾਂ ਤੁਸੀਂ ਆਫਿਸ 'ਚ ਅਵੇਲੇਬਲ ਹੋਣੇ ਚਾਹੀਦੇ ਆ ਐਜ਼ ਐਨ ਆਫੀਸਰ ਸਾਰੇ ਹੀ ਸਾਡੇ ਥੱਲੇ ਤੋਂ ਲੈ ਕੇ ਉੱਤੇ ਤੱਕ ਜੇ ਕਿਸੇ ਕਾਰਨ ਕੋਈ ਫੀਲਡ ਦੇ ਵਿੱਚ ਆ ਕਿਸੇ ਹੋਰ ਡਿਊਟੀ ਦੇ ਵਿੱਚ ਮਸ਼ਰੂਫ ਆ ਤਾਂ ਫੋਨ ਤੇ ਹਰ ਵੇਲੇ ਅਵੇਲੇਬਲ ਰਹਿਣਾ ਚਾਹੀਦਾ ਸੋ ਇਹ ਸਾਰਿਆਂ ਨੂੰ ਬੜੀਆਂ ਕਲੀਅਰ ਕੱਟ ਇਨਸਟਰਕਸ਼ਨਸ ਆ ਕਿ ਜਿਹੜਾ ਵੀ ਬੰਦਾ ਕੋਈ ਕ ਉਦੀ ਤੁਰੰਤ ਜਿਹੜਾ ਉਹ ਨਿਪਟਾਰਾ ਕੀਤਾ ਜਾਵੇ ਜਿਸ ਲੈਵਲ ਤੇ ਵੀ ਕਿਸੇ ਕੰਪਲੇਨੈਂਟ ਨੂੰ ਅਪਰੋਚ ਕਰਨ ਦੀ ਜ਼ਰੂਰਤ ਪੈਂਦੀ ਆ ਉਹ ਆਫੀਸਰ ਅਵੇਲੇਬਲ ਹੋਵੇ ਐਕਸੈਸਿਬਲ ਹੋਵੇ ਔਰ ਲੋਕਾਂ ਦੀ ਸੁਣਵਾਈ ਹੋ ਕੇ ਉਹਨਾਂ ਦੀਆਂ ਕੰਪਲੇਂਟਸ ਦਾ ਅਡਰੈਸ ਤੁਰੰਤ ਕੀਤਾ ਜਾਵੇ ਅੱਛਾ ਲਾਸਟ ਵਾਲਾ ਜੀ ਸਰ ਪੁਲਿਸ ਤੇ ਇੱਕ ਸਰ ਸਰਵੇਕਸ਼ਨ ਆਸ਼ੀਮੈਂਗੋ ਨਾਨਦੇ ਯੂਨੀਵਰਸਿਟੀ ਨੇ ਪੁਨੀਸ਼ ਨੂੰ ਤਣਾਅ ਮੁਕਤ ਤਣਾਅ ਮੁਕਤ ਰਹਿਗੀ ਇੱਕ ਦੂਸਰਾ ਸਰੀਰਿਕ ਵੀ ਉਹਨਾਂ ਨੂੰ ਤੰਦਰੁਸਤ ਬਣਾਉਣਾਸਤੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਜੀ ਨਹੀਂ ਦੇਖੋ ਤਣਾਅ ਮੁਕਤ ਮੈਂ ਤਾਂ ਮੇਰਾ ਤਾਂ ਪਰਸਨਲ ਓਪੀਨੀਅਨ ਆ ਜੀ ਤਣਾਅ ਮੁਕਤ ਤੁਸੀਂ ਉਦੋਂ ਹੀ ਹੁੰਨੇ ਜਦੋਂ ਤੁਸੀਂ ਆਪਣਾ ਕੰਮ ਪੈਸ਼ਨ ਦੇ ਨਾਲ ਕਰਦੇ ਆ ਜੇ ਐਜ਼ ਅ ਪੁਲਿਸ ਆਫੀਸਰ ਮੈਂ ਆਪਣਾ ਕੰਮ ਸਹੀ ਕਰ ਰਿਹਾ ਹਾਂ ਜੇ ਮੈਂ ਹੁਣ ਦਫਤਰ ਦੇ ਵਿੱਚ ਬੈਠਾ ਹਾਂ ਲੋਕਾਂ ਦੀਆਂ ਕੰਪਲੇਂਟਸ ਸੁਣਦੇ ਆ ਥੱਲੇ ਇਨਸਟਰਕਸ਼ਨਸ ਪਾਸ ਕਰਦੇ ਆ ਨਪਟਾਰਾ ਹੁੰਦਾ ਫੀਡਬੈਕ ਲਿਆ ਜਾਂਦਾ ਕਿ ਕਿੰਨੂੰ ਇਨਸਾਫ ਕਿਸ ਤਰੀਕੇ ਨਾਲ ਮਿਲਿਆ ਕਿਸ ਤਰੀਕੇ ਨਾਲ ਨਪਟਾਰਾ ਹੋਇਆ ਜਦੋਂ ਪਬਲਿਕ ਦੇ ਜਿਹੜੀਆਂ ਕੰਪਲੇਂਟਸ ਦਾ ਨਪਟਾਰਾ ਹੁੰਦਾ ਹੈ ਜਦੋਂ ਉਹਨਾਂ ਨੂੰ ਇਨਸਾਫ ਮਿਲਦਾ ਹੈ ਤਾਂ ਮੇਰਾ ਖਿਆਲ ਹੈ ਕਿ ਉਹ ਆਫੀਸਰ ਕਨਸਰਨ ਜਿਹੜਾ ਉਹ ਆਪਣੇ ਆਪ ਤਣਾਅ ਮੁਕਤ ਹੋ ਜਾਂਦਾ ਜਾਂ ਤਣਾਅ ਮੁਕਤ ਰਹਿੰਦਾ ਹੈ ਜਦੋਂ ਅਸੀਂ ਕਿਸੇ ਗਲਤ ਕੰਮ ਦੇ ਵਿੱਚ ਪੈਨੇ ਆ ਕਿਸੇ ਤੁਸੀਂ ਕਹਿ ਲਓ ਕੋਈ ਕਰਪਸ਼ਨ ਚ ਇਨਡਲਜ ਹੁੰਦਾ ਹੈ ਕੋਈ ਇਲੀਗਲ ਐਕਟੀਵਿਟੀਆਂ ਦੇ ਵਿੱਚ ਇਨਡਲਜ ਹੁੰਦਾ ਹੈ ਤੇ ਉਹ ਤਨਾਵ ਉਸ ਬੰਦੇ ਦਾ ਵਧ ਜਾਂਦਾ ਵਾ ਸੋ ਸਭ ਤੋਂ ਤਰੀਕਾ ਵਧੀਆ ਹੁੰਦਾ ਹੈ ਕਿ ਆਪਣਾ ਜਿਹੜਾ ਵਾ ਪਾਰਦਰਸ਼ੀ ਰੱਖੋ ਆਪਣੇ ਆਪ ਨੂੰ ਸਪਸ਼ਟ ਰਹੋ ਲੋਕਾਂ ਦੀ ਗੱਲ ਸੁਣੋ ਲੋਕਾਂ ਨੂੰ ਇਨਸਾਫ ਦਿਓ ਕਿਸੇ ਨਾਲ ਜਾਤੀ ਨਾ ਕਰੋ ਕਿਸੇ ਕਿਸੇ ਵੀ ਕਰਪਸ਼ਨ ਰਿਲੇਟਡ ਐਕਟੀਵਿਟੀਆਂ ਦੇ ਵਿੱਚ ਇਨਡਲਜ ਨਾ ਹੋ ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਕਹੂੰਗਾ ਕਿ ਤਰੀਕਾ ਇਹੀ ਹੈ ਤਨਾਅ ਮੁਕਤ ਰਹਿਣ ਦਾ ਦੂਸਰਾ ਹੈਗਾ ਇਹ ਕਿ ਜਿਹੜੇ ਇਹਨਾਂ ਦੇ ਜਿੱਦਾਂ ਸਾਡੇ ਪੁਲਿਸ ਫੋਰਸ 'ਚ ਵੀ ਜਿੱਦਾਂ ਮਲਟੀਪਲ ਡਿਊਟੀਆਂ ਆ ਪੁਲਿਸ ਦੇ ਕੋਲੇ ਬਹੁਤ ਸਾਰੇ ਕੰਮ ਆ ਪਬਲਿਕ ਗ੍ਰੀਵੈਂਸਿਸ ਦਾ ਇੱਕ 파ਰਟ ਆ ਕ੍ਰਾਈਮ ਰਿਲੇਟਿਡ ਵੀ ਆ ਹੋਰ ਕਈ ਤਰ੍ਹਾਂ ਦੇ ਕੰਮ ਆ ਪੁਲਿਸ ਦੇ ਕੋਲੇ ਮਲਟੀਪਲ ਡਿਊਟੀਆਂ ਆ ਉਹਦੇ ਵਿੱਚ ਅਸੀਂ ਦੇਖੋ ਸਮੇਂ-ਸਮੇਂ ਤੇ ਜਿੱਦਾਂ ਆਰਡਰਲੀ ਰੂਮ ਲਗਾਨੇ ਆ ਜਿਹਦੇ ਵਿੱਚ ਹਰ ਮੰਡੇ ਨੂੰ ਆਪਣੇ ਅਫੀਸਰਜ਼ ਨੂੰ ਬੁਲਾ ਕੇ ਸੁਣਿਆ ਜਾਂਦਾ ਹੈ ਕਿਸੇ ਨੂੰ ਕੋਈ ਕਿਸੇ ਦਾ ਕੋਈ ਛੋਟੇ ਮੋਟੇ ਗ੍ਰੀਵੈਂਸਿਸ ਆ ਜਿਸ ਤਰ੍ਹਾਂ ਆਪਾਂ ਪਬਲਿਕ ਦੇ ਗ੍ਰੀਵੈਂਸਿਸ ਦੀ ਗੱਲ ਕੀਤੀ ਉਸੇ ਤਰੀਕੇ ਦੇ ਨਾਲ ਫੋਰਸ ਦੇ ਗ੍ਰੀਵੈਂਸਿਸ ਦੂਰ ਕਰਨ ਦੀ ਵੀ ਉਨੀ ਹੀ ਜ਼ਰੂਰਤ ਹੈ ਸੋ ਜੇ ਉਹਨਾਂ ਦੇ ਗ੍ਰੀਵੈਂਸਿਸ ਅਸੀਂ ਸੁਣਾਂਗੇ ਉਹਨਾਂ ਦੇ ਗ੍ਰੀਵੈਂਸਿਸ ਦੂਰ ਕਰਾਂਗੇ ਤਾਂ ਤਣਾਵ ਤੋਂ ਉਹ ਆਪਣੇ ਆਪ ਮੁਕਤ ਰਹਿਣਗੇ ਜਿਹੜਾ ਪਹਿਲੀ ਵਾਰ ਮੈਂ ਗੱਲ ਕੀਤੀ ਉਹ ਪਰਸਨਲ ਲੈਵਲ ਤੇ ਆ ਦੂਸਰੀ ਗੱਲ ਜਿਹੜੀ ਆ ਉਹ ਹੈਗੀ ਆ ਕਿ ਫੋਰਸ ਵਾਸਤੇ ਆਪਾਂ ਕੀ ਕਰ ਸਕਦੇ ਆ ਇਸੇ ਤਰ੍ਹਾਂ ਪੁਲਿਸ ਲਾਈਨ ਦੇ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਵੈਲਫੇਅਰ ਐਕਟੀਵਿਟੀਜ਼ ਵੀ ਚਲਾਈਆਂ ਆ ਜਿਸ ਤਰ੍ਹਾਂ ਅਸੀਂ ਹੈਲਥ ਕਲੱਬ ਬਣਾਇਆ ਪੁਲਿਸ ਲਾਈਨ ਦੇ ਵਿੱਚ ਪੁਲਿਸ ਕੈਂਟੀਨ ਆ ਸਾਡੀ ਪੁਲਿਸ ਲਾਈਨ ਦੇ ਵਿੱਚ ਪਲੱਸ ਫੈਮਿਲੀਜ਼ ਨੂੰ ਵੀ ਅਸੀਂ ਪ੍ਰੇਰਿਤ ਕਰਦੇ ਆ ਕਿ ਉਹ ਵੀ ਅੱਗੇ ਆ ਕੇ ਆਪਣੀਆਂ ਕੋਈ ਦੁੱਖ ਤਕਲੀਫਾਂ ਉਹ ਦੱਸਣ ਔਰ ਆਫੀਸਰਸ ਦੀ ਵੀ ਡਿਊਟੀ ਲਗਾਵਾਂਗੇ ਯੂਨਿਟ ਵਾਈਜ਼ ਹਰ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਦੇ ਵੀ ਗ੍ਰਿਵੈਂਸੀਆਂ ਸੁਣੇ ਜਾਣ ਸੋ ਇਹ ਤਾਂ ਹੈਗਾ ਉਹਨਾਂ ਦਾ ਜਿਹੜਾ ਮੈਂਟਲ ਤੁਸੀਂ ਕਹਿ ਸਕਦੇ ਆ ਪੀਸ ਵਾਸਤੇ ਦੂਸਰਾ ਫਿਜ਼ੀਕਲ ਹੈਲਥ ਦੀ ਤੁਸੀਂ ਗੱਲ ਕੀਤੀ ਉਹਦੇ ਲਈ ਮੈਂ ਜਿੱਦਾਂ ਦੱਸ ਹੀ ਚੁੱਕਿਆ ਇੱਕ ਤਾਂ ਹੈਲਥ ਕਲੱਬ ਅਸੀਂ ਬਣਾਇਆ ਉਹਨੂੰ ਵੱਧ ਤੋਂ ਵੱਧ ਯੂਟਿਲਾਈਜ਼ ਕਰਨ ਮੈਡੀਕਲ ਜਿੱਥੋਂ ਤੱਕ ਆਪਾਂ ਹਰ ਸਾਲ ਉਹਨਾਂ ਦਾ ਮੈਡੀਕਲ ਕਰਾਇਆ ਜਾਂਦਾ ਹੈ ਉਹਦੇ ਵਿੱਚ ਅਸੀਂ ਲਿਸਟ ਆਊਟ ਵੀ ਕਰਦੇ ਹਾਂ ਕਿ ਇਹਨਾਂ ਨੂੰ ਹੈਲਥ ਪ੍ਰੋਬਲਮਸ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਆ ਉਹਨਾਂ ਨੂੰ ਅਸਿਸਟੈਂਸ ਵੀ ਦਿੱਤੀ ਜਾਂਦੀ ਆ ਪੁਲਿਸ ਲਾਈਨ ਦੇ ਵਿੱਚ ਸਾਡਾ ਆਪਣਾ ਪੁਲਿਸ ਹਸਪੀਟਲ ਆ ਉੱਥੇ ਜਾ ਕੇ ਆਪਣੀ ਹੈਲਥ ਅਵੇਅਰਨੈਸ ਹੈਲਥ ਚੈੱਕਅਪ ਕਰਾ ਸਕਦੇ ਆ ਸੋ ਸਾਰੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਇਹਨਾਂ ਵਾਸਤੇ ਲੋਕਾਂ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਚਾਹੁੰਦੇ ਹੋ ਇਹ ਵੀ ਦੇਖਿਆ ਜਾਂਦਾ ਵੀ ਕਈ ਵਾਰੀ ਸ਼ਿਕਾਇਤਾਂ ਲੋਕ ਫੇਕ ਕਰਦੇ ਆ ਕਿਸ ਤਰ੍ਹਾਂ ਦੇ ਮੈਸੇਜ ਦੇਣਾ ਚਾਹੁੰਦੇ ਤੁਸੀਂ ਦੇਖੋ ਲੋਕਾਂ ਤੋਂ ਇੱਕ ਤਾਂ ਇਹ ਹੈ ਕਿ ਕਿਸੇ ਦੇ ਖਿਲਾਫ ਗਲਤ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਜੇ ਤੁਹਾਡਾ ਗ੍ਰੀਵੈਂਸ ਸੀ ਹੈਗਾ ਉਹਨੂੰ ਜਰੂਰ ਦੱਸਣਾ ਚਾਹੀਦਾ ਵਾ ਔਰ ਦੂਸਰਾ ਇਹ ਕਿ ਥੋੜਾ ਪੇਸ਼ੈਂਸ ਜਰੂਰ ਰੱਖਣਾ ਚਾਹੀਦਾ ਕਈ ਚੀਜ਼ਾਂ ਕਈ ਕੰਪਲੇਂਟਸ ਕਈ ਇਸ਼ੂਜ਼ ਇਦਾਂ ਦੇ ਹੁੰਦੇ ਜਿਨੂੰ ਰਿਜ਼ੋਲਵ ਕਰਨ ਤੇ ਜਾਂ ਜਿਹਦੀ ਇਨਕੁਆਇਰੀ ਕਰਨ ਤੇ ਇਨਵੈਸਟੀਗੇਸ਼ਨ ਕਰਨ ਤੇ ਥੋੜਾ ਟਾਈਮ ਲੱਗਦਾ ਹੈ ਪਰ ਲੋਕਾਂ ਨੂੰ ਜਿਹੜਾ ਡਿਪਾਰਟਮੈਂਟ ਆ ਚਾਹੇ ਉਹ ਕਿਹੜਾ ਮਰਜ਼ੀ ਡਿਪਾਰਟਮੈਂਟ ਹੋਵੇ ਉਹਦੀ ਓਨੈਸਟੀ ਇਨਟੈਗ੍ਰਿਟੀ ਤੇ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਔਰ ਦੂਸਰਾ ਹੈ ਕਿ ਪਬਲਿਕ ਵਾਸਤੇ ਮੈਂ ਤਾਂ ਮੇਰਾ ਤਾਂ ਡਿਫਰੈਂਟ opinion ਕੰਪਲੇਂਟ ਕਰਨ ਦਾ ਹਰ ਇੱਕ ਨੂੰ ਰਾਈਟ ਆ ਕਿਸੇ ਦਾ ਰਾਈਟ ਤੁਸੀਂ ਨਹੀਂ ਖੋਹ ਸਕਦੇ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੰਪਲੇਂਟ ਨਹੀਂ ਕਰ ਸਕਦਾ ਕੰਪਲੇਂਟ ਕਰਨ ਦਾ ਰਾਈਟ ਆ ਪਰ ਨਾਲ ਨਾਲ ਉਹਦੀ ਇੱਕ ਡਿਊਟੀ ਬਣਦੀ ਕਿ ਜਿਹੜੀ ਉਹ ਕੰਪਲੇਂਟ ਜਿਹਦੇ ਖਿਲਾਫ ਕਰ ਰਿਹਾ ਉਹਦਾ ਵੀ ਰਾਈਟ ਆ ਸੋ ਉਹ ਆਪਾਂ ਨੂੰ ਆਪਣੇ ਰਾਈਟ ਵਾਸਤੇ ਕਿਸੇ ਦੂਸਰੇ ਦਾ ਰਾਈਟ ਨਹੀਂ ਮਾਰਨਾ ਚਾਹੀਦਾ ਕਿਸੇ ਵੀ ਸਟੇਜ ਦੇ ਉੱਤੇ ਔਰ ਉਹਦੇ ਵਾਸਤੇ ਸਭ ਤੋਂ ਵਧੀਆ ਹੈ ਕਿ ਜਿਹੜੇ ਆਫੀਸਰਸ ਆ ਨਿਊਟਰਲ ਹੋ ਕੇ ਕੰਮ ਕਰਨ उनो कंप्लेंट्स न बिल्कुल न्यूट्रल तरीके कर और जो सही है जो दुध है दुध है जो पानी का पानी वो किया जाए और लोगों के लिए इंसाफ किया जाए धन्यवाद हमारे साथ बात करने के लिए पुलिस कमिश्नर अमृतसर के डॉक्टर सुचैन सिंह गिल किस तरह उन्होंने बताया कि आज सब जगह पर करीब करीब पंद्रह स्थानों पर एक कैंप लगाया जा रहा है ताकि थानों में जो लोगों की शिकायतें पंडेंसी जिनकी कंप्लेट पेंडिंग पड़ी हुई उनका निपटारा किया जा सके भुष्य में भी ऐसे कैंप लगाए जाएंगे पंजाब सरकार में अब जो आम आदमी पार्टी की सरकार बन चुकी है भगवंत मान जो हमारे नए मुख्यमंत्री हैं उनकी ओर से भी स्पष्ट आदेश हैं कि लोगों की समस्याओं का निपटारा पहल के आधार पर किया जाए लेकिन लोगों को भी अपनी जिम्मेदारी समझनी चाहिए क्योंकि पुलिस के पास और भी बहुत से काम हैं पुलिस को हमेशा सच्ची इंफॉर्मेशन दी जाए क्योंकि बाद में पता चली जाता है क्योंकि पुलिस के पास अपने भी तरीके होते हैं कि कौन झूठ बोल रहा है कौन सच बोल रहा है इससे ताकि पुलिस का वक्त बर्बाद ना हो हम उम्मीद करेंगे कि आने वाले दिनों में पुलिस प्रशासन और भी बेहतर करेगा ਅੰਮ੍ਰਿਤਸਰ ਸੇ ਡੀ ਫੋਰੈਂਸ ਕੇ ਲਈ ਦੀਪਕ ਭਨਾਰ ਦੀ ਖਾਸ ਰਿਪੋਰਟ